ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਅਫਗਾਨਿਸਤਾਨ ਛੱਡਣ ਲੱਗੇ ਅਮਰੀਕੀ ਫੌਜ ਕਰ ਗਈ ਏਅਰਪੋਰਟ ਤੇ ਇਹ ਵੱਡਾ ਕਾਰਾ ਤਾਲਿਬਾਨ ਰਹਿ ਗਿਆ ਹੱਕਾ ਬੱਕਾ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤਾਲਿਬਾਨ ਦੇ ਵੱਲੋਂ ਸਾਰੇ ਲੋਕਾਂ ਨੂੰ ਸੁਰੱਖਿਅਤ ਰੱਖੇ ਜਾਣ ਦਾ ਪ੍ਰੋਸਾ ਦਵਾਇਆ ਗਿਆ ਸੀ ਉੱਤੇ ਹੀ ਉਹਨਾਂ ਦੇ ਵੱਲੋਂ ਜਾਰੀ ਕੀਤੇ ਗਏ ਫਤਵੇ ਵੇਤਵਾ ਲੋਕਾਂ ਦੇ ਡਰ ਦਾ ਮਾਹੌਲ ਪੈਦਾ ਕਰ ਗਿਆ ਤਾਲਿਬਾਨ ਵੱਲੋਂ 31 ਅਗਸਤ ਤੱਕ ਸਾਰੀਆਂ ਫੌਜਾਂ ਨੂੰ ਦੇਸ਼ ਛੱਡ ਕੇ ਚਲੇ ਜਾਣ ਦੇ ਆਦੇਸ਼ ਦਿੱਤੇ ਗਏ ਸਨ ਤੇ ਪਿਛਲੇ ਦਿਨੀ ਕਾਬੁਲ ਦੇ ਹਵਾਈ ਅੱਡੇ ਤੇ ਹੋਏ ਬੰਬ ਧਮਾਕਿਆਂ ਕਾਰਨ ਵੀ ਲੋਕਾਂ ਵਿੱਚ ਕਾਫੀ دہشت ਦਾ ਮਾਹੌਲ ਸੀ ਜਿੱਥੇ ਕਈ ਲੋਕਾਂ ਦੀ ਮੌਤ ਹੋ ਗਈ ਸੀ ਹੁਣ ਅਫਗਾਨਿਸਤਾਨ ਨੂੰ ਛੱਡਣ ਲੱਗੇ ਅਮਰੀਕੀ ਫੌਜ ਵੱਲੋਂ ਹਵਾਈ ਅੱਡੇ ਤੇ ਅਜਿਹਾ ਕੁਝ ਕੀਤਾ ਗਿਆ ਹੈ ਕਿ ਤਾਲਿਬਾਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ। ਤਾਲਿਬਾਨ ਨੇ 31 ਅਗਸਤ ਤੱਕ ਅਮਰੀਕਾ ਨੂੰ ਚਲੇ ਜਾਣ ਦੀ ਆਖਿਆ ਸੀ। ਅਮਰੀਕੀ ਫੌਜ ਵੱਲੋਂ ਅਫਗਾਨਿਸਤਾਨ ਦੀ ਧਰਤੀ ਨੂੰ 24 ਘੰਟੇ ਪਹਿਲਾਂ ਛੱਡ ਦਿੱਤਾ ਗਿਆ ਜਾਂਦੇ ਹੋਏ ਅਮਰੀਕਾ ਦੀ ਫੌਜ ਵੱਲੋਂ ਹਵਾਈ ਅੱਡੇ ਉੱਪਰ ਜੋ ਜਹਾਜ਼ ਛੱਡੇ ਗਏ ਹਨ ਉਹ ਕਦੇ ਵੀ ਉਡਾਣ ਨਹੀਂ ਭਰ ਸਕਦੇ। ਉੱਥੇ ਹੀ ਫੌਜ ਨੇ ਜਾਂਦੇ ਜਾਂਦੇ ਸਾਰਾ ਸਮਾਨ ਨਸ਼ਟ ਕਰ ਦਿੱਤਾ। ਜਿਸ ਨੂੰ ਤਾਲਿਬਾਨ ਵਰਤੋਂ ਵਿੱਚ ਨਹੀਂ ਲਿਆ ਸਕਦਾ ਕਿਉਂਕਿ ਅਮਰੀਕਾ ਦੀ ਫੌਜ ਕਾਫੀ ਮਾਤਰਾ ਦੇ ਵਿੱਚ ਸਾਜ਼ੋ ਸਮਾਨ ਅਫਗਾਨਿਸਤਾਨ ਵਿੱਚ ਛੱਡ ਕੇ ਜਾ ਰਹੀ ਸੀ ਅਮਰੀਕੀ ਫੌਜ ਦੇ ਵੱਲੋਂ ਕੀਤੇ ਗਏ ਇਸ ਕੰਮ ਕਾਰਨ ਤਾਲਿਬਾਨ ਹੈਰਾਨ ਹੈ ਤਾਲਿਬਾਨ ਹੁਣ ਕਿਸੇ ਦੇਸ਼ ਉੱਪਰ ਹਮਲਾ ਵੀ ਨਹੀਂ ਕਰ ਸਕਦਾ ਕਿਉਂਕਿ ਉਸ ਕੋਲ ਅਜੇ ਇਹ ਹਥਿਆਰ ਨਹੀਂ ਹਨ ਅਮਰੀਕੀ ਫੌਜ ਕੋਲ ਜੋ ਵੱਡੀਆਂ ਗੱਡੀਆਂ ਹਥਿਆਰਾਂ ਨਾਲ ਲੈਸ ਸਨ ਉਹਨਾਂ ਨੂੰ ਵੀ ਨਸ਼ਟ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਅਫਗਾਨਿਸਤਾਨ ਦੇ ਵਿੱਚ ਮੌਜੂਦ ਹੈ ਰਾਸ਼ਟਰਪਤੀ ਪ੍ਰਣਾਲੀ ਨੂੰ ਵੀ ਅਮਰੀਕੀ ਫੌਜ ਵੱਲੋਂ ਨਸ਼ਟ ਕਰ ਦਿੱਤਾ ਗਿਆ ਤੇ ਅਮਰੀਕੀ ਫੌਜ ਵੱਲੋਂ ਚੁੱਕੇ ਗਏ ਇਸ ਕਦਮ ਦੇ ਨਾਲ ਤਾਲਿਬਾਨ ਕਿਸੇ ਵੀ